ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, let's start this question. The question says, Aftab tells his daughter, 7 years ago, I was 7 times as old as you were then. Also, 3 years from now, I shall be 3 times as old as you will be. Isn't this interesting? Represent this situation algebraically and graphically. ਅਸੀਂ ਇਹ ਸਿਚੁਏਸ਼ਨ ਰੀਪ੍ਰੈਜ਼ੈਂਟ ਕਰਨੀ ਹੈ ਐਲਜੈਬਰੀਕਲੀ ਵੀ ਅਤੇ ਗ੍ਰਾਫਿਕਲੀ ਵੀ। ਤਾਂ ਸਭ ਤੋਂ ਪਹਿਲਾਂ ਅਸੀਂ ਲੈਟ ਕਰਦੇ ਹਾਂ ਕਰੰਟ ਏਜ, ਲੈਟ द करंट एज ऑफ अफ्ताब, करंट एज ऑफ अफ्ताब, अफ्ताब की करंट एज असी लैट करते हैं एक्स ईयर्स, तो उसकी डॉटर की, तो उसकी डॉटर की असी लैट करते हैं डॉटर्स एज इज इक्वल्स टू वाई ईयर्स। ये असी लैट की है करंट एज दोनों की, डॉटर से अफ्ताब की। गिवन डैट, तो सब तो पहला सानू की गिवन है, सब तो पहला गिवन है सानू 7 ईयर्स अगो, 7 years ago, I was seven times as old as you were then। ਤਾਂ ਅਸੀਂ ਜਦ ਇਹਦੇ ਅਕੋਰਡਿੰਗ ਚੱਲੀਏ ਤਾਂ ਸਾਡਾ 7 ਈਅਰਸ ਅਗੋਰ ਕਿਆ ਅਗੋ ਕਿਆ ਸਿਚੁਏਸ਼ਨ ਆਵੇਗੀ, 7 ਈਅਰਸ ਅਗੋ ਕਿਆ ਸਿਚੁਏਸ਼ਨ ਆਵੇਗੀ, ਕਿ ਅਫਤਾਬ ਦੀ ਏਜ ਕਿੰਨੀ ਹੋ ਜਾਏਗੀ, ਏਜ ਆਫ ਅਫਤਾਬ ਸਾਡੀ ਹੋ ਜਾਏਗੀ ਐਕਸ ਮਾਈਨਸ 7, ਕਿ 7 ਈਅਰਸ ਅਗੋ ਹੈ ਤਾਂ ਅਸੀਂ ਪਿੱਛੇ ਚਲੇ ਗਏ ਤਾਂ -7 ਕਰਦਾ, ਅਤੇ ਉਹਦੀ ਡੋਟਰ ਦੀ ਏਜ ਕਿੰਨੀ ਹੋ ਜਾਏਗੀ, ਡੋਟਰ ਦੀ ਹੋ ਜਾਣੀ, ਡੋਟਰ ਏਜ ਹੋ ਜਾਣੀ ਇਜ਼ ਇਕੁਅਲ ਟੂ ਵਾਈ ਮਾਈਨਸ 7। ਇਹ ਆ ਗਈ ਸਾਡੀ 7 ਈਅਰਸ ਅਗੋ। ਫਿਰ ਸਾਨੂੰ ਗਿਵਨ ਹੈ ਅਫਤਾਬ ਵਾਜ 7 ਟਾਈਮਸ ਐਜ ਓਲਡ ਐਜ ਅਫਤਾਬ ਡੋਟਰ, ਅਫਤਾਬ ਇਜ 7 ਟਾਈਮਸ ਐਜ ਓਲਡ ਐਜ ਵਰਦਨ, ਵਰਦਨ ਮਤਲਬ ਪਹਿਲੇ ਕੇ ਮੁਕਾਬਲੇ ਉਹ 7 ਗੁਣਾ ਜ਼ਿਆਦਾ ਹੈ ਅਫਤਾਬ ਆਪਣੀ ਡੋਟਰ ਤੋਂ। ਅਫਤਾਬ ਵਾਜ 7 ਟਾਈਮਸ ਐਜ ਓਲਡ, 7 ਟਾਈਮਸ ਐਜ ਓਲਡ ਐਜ ਅਫਤਾਬਸ ਡੋਟਰ, ਅਫਤਾਬਸ ਡੋਟਰ। ਤੋ ਇਹ ਸਾਡੇ ਕੋਲ ਆ ਜਾਣਾ ਹੈ ਐਕਸ ਮਾਈਨਸ ਸੈਵਨ ਇਜ਼ ਇਕੁਅਲਸ ਟੂ 7 ਟਾਈਮਸ ਔਫ ਮਾਈ ਮਾਈਨਸ 7, ਕਿ ਅਫਤਾਬ ਦੀ ਏਜ ਇਜ਼ ਇਕੁਅਲਸ ਟੂ 7 ਟਾਈਮਸ ਡੋਟਰ ਦੀ ਏਜ। ਤਾਂ ਇਹਨੂੰ ਸੋਲਵ ਕਰਕੇ ਅਸੀਂ ਪਹਿਲੀ ਇਕੁਏਸ਼ਨ ਬਣਾਉਂਦੇ ਹਾਂ ਕਿ ਇਹ ਆ ਗਿਆ ਸਾਡੇ ਕੋਲ ਐਕਸ ਮਾਈਨਸ 7 ਇਜ਼ ਇਕੁਅਲਸ ਟੂ 7 ਮਾਈਨਸ 7 ਵਾਈ ਮਾਈਨਸ 7, 7 ਦਾ 49। ਕੋਂਸਟੈਂਟ ਇੱਕ ਪਾਸੇ ਲੈ ਜਾਂਦੇ ਆ, ਬਾਕੀ ਇੱਕ ਪਾਸੇ ਲਿਆਉਂਦੇ ਆ, ਤਾਂ ਐਕਸ ਮਾਈਨਸ 7 ਵਾਈ ਇਜ਼ ਇਕੁਅਲਸ ਟੂ ਮਾਈਨਸ 49 ਪਲੱਸ 7। ਤਾਂ ਇਹਨੂੰ ਸੋਲਵ ਕਰਦੇ ਆ ਸਾਡੇ ਕੋਲ ਆ ਗਿਆ ਐਕਸ ਮਾਈਨਸ 7 ਵਾਈ ਇਜ਼ ਇਕੁਅਲਸ ਟੂ ਪਲੱਸ ਮਾਈਨਸ ਮਾਈਨਸ, ਪਰ ਸਾਈਨ ਵੱਡੀ ਵੈਲਿਊ ਦਾ, ਤਾਂ ਆ ਗਿਆ ਮਾਈਨਸ 42। ਇਹ ਮਿਲਾ ਲੈਂਦੇ ਅਸੀਂ ਫਸਟ ਇਕੁਏਸ਼ਨ। ਹੁਣ ਸਾਨੂੰ ਗਿਵਨ ਹੈ ਕਿ 3 ਈਅਰਸ ਫਰੋਮ ਨਾਓ ਆਈ ਸ਼ੈਲ ਬੀ 3 ਟਾਈਮਸ ਐਜ ਓਲਡ ਐਜ ਯੂ ਵਿਲ ਬੀ, ਕਿ 3 ਈਅਰਸ ਅਗੋ, ਸੋਰੀ 3 ਈਅਰਸ ਲੇਟਰ, 3 ਈਅਰਸ ਬਾਅਦ, 3 ਈਅਰਸ ਲੇਟਰ ਅਫਤਾਬ ਦੀ ਏਜ 3 ਗੁਣਾ ਵੱਧ ਜਾਏਗੀ, 3 ਈਅਰਸ 'ਤੇ ਵੱਧ ਜਾਏਗੀ। 3 ਸਾਲ ਬਾਅਦ ਏਜ ਆਫ ਅਫਤਾਬ ਕਿਆ ਹੋਵੇਗੀ, ਅਫਤਾਬ ਦੀ ਏਜ ਹੋ ਜਾਏਗੀ ਐਕਸ ਪਲੱਸ 3, ਕਰੰਟ ਸਾਡੀ ਐਕਸ ਸੀ ਅਫਤਾਬ ਦੀ, ਤਾਂ 3 ਈਅਰਸ ਬਾਅਦ ਜੀ ਹੋ ਜਾਏਗੀ ਐਕਸ ਪਲੱਸ 3, ਅਤੇ ਉਹਦੀ ਡੋਟਰ ਦੀ ਕਿੰਨੀ ਹੋ ਜਾਣੀ, ਡੋਟਰ ਦੀ ਹੋ ਜਾਣੀ ਵਾਈ ਪਲੱਸ 3। ਅਤੇ ਸਾਨੂੰ ਕਹਾ ਗਿਆ ਕਿ ਅਫਤਾਬ ਦੀ ਏਜ 3 ਗੁਣਾ ਹੋ ਜਾਣੀ ਐਜ ਹਰ ਡੋਟਰਸ, ਤਾਂ ਇਹ ਆ ਜਾਣਾ ਸਾਡਾ ਅਫਤਾਬ ਦੀ ਏਜ ਇਜ਼ ਇਕੁਅਲਸ ਟੂ 3 ਗੁਣਾ ਆਫ ਡੋਟਰ ਦੀ ਏਜ। ਤਾਂ ਸੋਲਵ ਕਰਦੇ ਇਹਨੂੰ, ਤਾਂ ਸਾਡੇ ਕੋਲ ਆ ਗਿਆ ਐਕਸ ਪਲੱਸ 3 ਇਜ਼ ਇਕੁਅਲਸ ਟੂ 3 ਵਾਈ ਪਲੱਸ 3 ਦਾ 9, ਐਕਸ ਮਾਈਨਸ 3 ਵਾਈ ਦੂਜੇ ਪਾਸੇ ਲੈ ਕੇ ਸਾਈਨ ਚੇਂਜ ਹੋ ਗਿਆ ਇਜ਼ ਇਕੁਅਲਸ ਟੂ 9 ਮਾਈਨਸ 3 ਵਿਚ ਇਜ਼ ਇਕੁਅਲਸ ਟੂ ਐਕਸ ਮਾਈਨਸ 3 ਵਾਈ ਇਜ਼ ਇਕੁਅਲਸ ਟੂ 6। ਇਹ ਸਾਡੀ ਬਣ ਗਈ ਦੂਈ ਇਕੁਏਸ਼ਨ। ਪਹਿਲੀ ਇਕੁਏਸ਼ਨ ਸਾਡੀ ਉੱਪਰ ਬਣੀ ਸੀ ਇਹ ਵਾਲੀ ਐਕਸ ਮਾਈਨਸ 7 ਵਾਈ ਇਜ਼ ਇਕੁਅਲਸ ਟੂ ਮਾਈਨਸ 42, ਦੂਈ ਸਾਡੀ ਇਹ ਬਣ ਗਈ। ਤਾਂ ਅਸੀਂ ਰੀਪ੍ਰਜੈਂਟ ਕਰਤਾ ਇਹਨੂੰ ਐਲਜੈਬਰੀਕਲੀ ਕਿ ਸੋ ਆਰ ਇਕੁਏਸ਼ਨਸ ਆਰ
अलजैबरिकली सारी रिप्रेजेंटेशन होगी आर इक्वेशंस आर फर्स्ट इक्वेशन थी एक्स माइनस सेवन वाई इज इक्वल टू माइनस 42 एंड सेकेंड इक्वेशन है एक्स माइनस थ्री वाई इज इक्वल टू 6। हम ऐसे ग्राफिकली एक्सप्रेस करना है तो असि पहला इक्वेशन वन लेके चलिए फोर इक्वेशन वन है साड़ी एक्स माइनस सेवन वाई इज इक्वल टू माइनस 42। जेकर असी एक्स लैट करिए जीरो लैट एक्स इज इक्वल टू जीरो तो वाई क्या होगा कि असी एक्स वाई एक्स लैट किता जीरो तो साडा वाई क्या होना है कि एक्स जीरो माइनस सैवन वाई इज इक्वल टू माइनस 42 माइनस सैवन वाई इज इक्वल टू माइनस 42 माइनस माइनस कट गया सत्त दूजे पास जाके डिवाइड हो जाने तो वाई इज इक्वल टू 42 डिवाइडेड बाय 7 विच इज इक्वल टू 6। कि जेकर असी एक्स जीरो लिता तो वाई साडा आ गया 6। हम असी एक्स लैट करते हैं सत्त लैट एक्स इज इक्वल टू 7 तो 7 माइनस 7 वाई इज इक्वल टू माइनस 42 सत्त दूजे पास जाके माइनस का साइन हो जाए माइनस 7 वाई इज इक्वल टू माइनस 42 माइनस 7 माइनस 7 वाई इज इक्वल टू माइनस 49 हो जाए माइनस माइनस प्लस प्लस साइन नैगेटिव का तो माइनस माइनस कट गया वाई इज इक्वल टू 7 दूजे पास चला गया 49 डिवाइडेड बाय 7 विच इज इक्वल टू 7। कि असी एक्स 7 लिता तो वाई भी साडा आ गया 7। हम असी दूजी इक्वेशन लिए करते हैं फोर इक्वेशन टू ऐदा ही करांगे फोर इक्वेशन टू साड़ी दूसरी इक्वेशन है एक्स माइनस थ्री वाई इज इक्वल टू 6। हुण असीं पहले लैंदे आ एक्स जीरो लैट एक्स इज इक्वल टू जीरो तो यह आ गया जीरो माइनस थ्री वाई इज इक्वल टू 6 यह आ गया माइनस थ्री वाई इज इक्वल टू 6 माइनस थ्री दूजे पास जाके डिवाइड हो गया वाई इज इक्वल टू 6 डिवाइडेड बाय माइनस थ्री तो यह आ गया वाई इज इक्वल टू माइनस 2। जेकर असी एक्स जीरो लिता तो वाई आ गया माइनस 2। हूँ असी वाई जीरो लिते हैं लेट वाई इज इक्वल टू 0 तो यह आ गया एक्स माइनस थ्री 0 इज इक्वल टू 6 यह आ गया एक्स माइनस 0 इज इक्वल टू 6 एक्स इज इक्वल टू 6। कि जेकर असी वाई जीरो लिया साडा एक्स आ गया 6। हूँ असी इन्हों ग्राफ से शो करांगे कि फस्ट इक्वेशन दे रही हुण असीं ग्राफिकली रिप्रजेंट करते हैं फस्ट इक्वेशन दे लई साडा ए वाला है तो सैकेंड इक्वेशन दे लई साडे ए वाला पॉइंट्स है कोऑर्डिनेट्स है तो फस्ट इक्वेशन पहला प्लॉट करते हैं एक्स जीरो वाई 6 एक्स जीरो तो वाई 6 ए साडा इत्थे आ जाना है एक्स जीरो वाई 6 एक्स जीरो कोमा वाई 6 अगला साडा एक्स 7 ते वाई 7 एक्स 7 ते वाई 7 इत्थे आ जाना है कि एक्स दा 7 ते वाई दा 7 7 कोमा 7। हुण असीं इन्हां नूं जॉइन कर देंगे फस्ट पॉइंट इतने रहा जीरो एक्स जीरो 6 तो यह आ गया 7 7 ज्वाइन करा दोनों ये असी दोनों ज्वाइन करता तो साड़ी इक्वेशन वाली लाइन बन गई एक्स माइनस सैवन वाई प्लस 42 इज इक्वल टू 0। ऐद दूसरे कोऑर्डिनेट कर देंगे कि एक्स जीरो तो वाई माइनस 2 एक्स जीरो वाई माइनस 2 जीरो कोमा माइनस 2 तो एक्स 6 तो वाई 0 एक्स 6 तो वाई 0 इन्हों ज्वाइन कर देंगे एक ग्राफ से स्केल ना ज़्यादा अच्छा रिप्रेजेंट हो जाना है तो यह साड़ी दूई इक्वेशन बन गई एक्स माइनस 3 वाई माइनस 6 इज इक्वल टू 0। थैंक यू।